ਸਤਿਕਾਰ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਵਰਿੰਦਰ ਸਿੰਘ, ਮੇਰੇ ਨਾਲ ਨੇ ਅੱਜ ਸਿਮਰਨ ਸੱਚਪਾਲ ਚੰਡੀਗੜ੍ਹ ਤੋਂ। ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ? ਠੀਕ ਠਾਕ ਹੋ? ਜੀ ਬਹੁਤ ਵਧੀਆ। ਸਿਮਰਨ ਜੀ, ਜੋ ਪੋਰਟਲ ਦੇ ਵਿਚ ਜੋ ਮੁੰਡਾ ਡਿੱਗਿਆ ਉਹਨਾਂ ਬਾਰੇ ਕੁਛ ਥੋੜਾ ਜਿਹਾ ਦੱਸੋ। ਫਤਿਹ ਵੀਰਪਾਲ ਸਿੰਘ ਮੇਰੇ ਖਿਆਲ ਚ ਉਹਨਾਂ ਦਾ ਨਾਂ ਹੈ, ਜੋ ਸੰਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ। ਅਪਡੇਟ ਕੋਈ ਆਈ ਨਵੀਂ ਉਹਨਾਂ ਬਾਰੇ ਕੁਛ ਦੱਸੋ ਸਾਨੂੰ ਪਲੀਜ਼, ਸਾਡੇ ਸਰੋਤਿਆਂ ਨੂੰ। ਹਾਂਜੀ ਹਾਂਜੀ ਵਰਿੰਦਰ ਜੀ, ਸੰਗਰੂਰ ਜ਼ਿਲ੍ਹੇ ਦੇ ਵਿਚ ਭਗਵਾਨਪੁਰਾ ਪਿੰਡ ਹੈ ਜਿੱਥੇ ਕਿ ਫਤਿਹਵੀਰ ਸਿੰਘ ਜਿਹੜਾ ਕਿ ਉਹ ਮੌਤ ਦੇ ਨਾਲ ਜੂਝ ਰਿਹਾ। 2 ਸਾਲਾਂ ਦਾ ਉਹ ਮਾਸੂਮ ਜਿਹਾ ਬੱਚਾ ਔਰ ਪੂਰਾ ਦੇਸ਼ ਉਹਦੇ ਲਈ ਦੁਆਵਾਂ ਮੰਗ ਰਿਹਾ ਕਿ ਉਹ ਬੱਚਾ ਸਹੀ ਸਲਾਮਤ ਉਸ ਬੋਰਵੈਲ ਵਿੱਚੋਂ ਵਾਪਿਸ ਆਵੇ। ਸੋ ਬਹੁਤ ਮੰਦਭਾਗੀ ਘਟਨਾ ਆਪਣੇ ਪੰਜਾਬ ਲਈ, ਆਪਣੇ ਇੰਡੀਆ ਲਈ ਕਹਿ ਸਕਦੇ ਹਾਂ ਆਪਾਂ, ਹਾਲ ਦੀ ਘੜੀ ਜਿਹੜੀ ਹੈਗੀ ਹੈ। ਤੇ ਉਹ ਲਗਾਤਾਰ ਉਹ ਲੱਗੇ ਹੋਏ ਨੇ, ਕੰਮ ਚੱਲ ਰਿਹਾ ਉੱਥੇ, ਤੇ ਦੇਖੋ ਹੁਣ ਕੀ ਬਣਦਾ। ਇਹ ਤਾਂ ਹੁਣ ਹਜੇ ਵਕਤ ਹੀ ਦੱਸੇਗਾ ਵੀ ਕੀ ਰੱਬ ਦੀਆਂ ਦੁਆਵਾਂ ਸਾਥ ਦਿੰਦੀਆਂ ਨੇ। ਜਿੱਦਾਂ ਸਾਨੂੰ ਪਤਾ ਲੱਗਾ ਕੱਲ ਉਹਨਾਂ ਦਾ ਜਨਮ ਦਿਨ ਵੀ ਹੈ, ਔਰ ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕੋਈ ਇੰਜੀਨੀਅਰ ਨਹੀਂ ਹੈਗਾ, ਕੋਈ ਪੜ੍ਹਿਆ ਲਿਖਿਆ ਹੈਗਾ, ਪਰ ਸਾਰੇ ਇੰਜੀਨੀਅਰ ਸਾਰੇ ਅਮਰੀਕਾ ਕੈਨੇਡਾ ਜਾਂ ਬਾਹਰ ਜਾ ਕੇ ਜੋਬਾਂ ਕਰਦੇ ਹੋਏ, ਕਿਉਂਕਿ ਇੰਡੀਆ ਦਾ ਕੋਈ ਇੰਜੀਨੀਅਰ ਨਹੀਂ। 3-4 ਦਿਨ ਹੋ ਗਏ ਨੇ ਜੋ ਅੱਜ ਤੱਕ ਕੰਮ ਚੱਲ ਰਿਹਾ ਉਹਨਾਂ ਦਾ। ਬਿਲਕੁਲ ਜੀ, ਇਸੇ ਗੱਲ ਦੇ ਉੱਤੇ ਸਾਰੇ ਲੋਕ ਗੱਲਾਂ ਕਰ ਰਹੇ ਨੇ ਕਿ ਇਹ ਆਪਣੇ ਪੰਜਾਬ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ, ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਕਿ ਪ੍ਰਿੰਸ 2006 ਦੇ ਵਿੱਚ ਬੋਰਵੈਲ ਦੇ ਵਿੱਚ ਡਿੱਗਿਆ ਸੀ, ਉਦੋਂ ਵੀ ਬਹੁਤ ਭਾਰੀ ਮੁਸ਼ੱਦਤ ਤੋਂ ਬਾਅਦ ਉਹ ਬੱਚਾ ਬਾਹਰ ਨਿਕਲਿਆ ਸੀਗਾ। ਸੋ ਉਸ ਬੱਚੇ ਤੋਂ ਬਾਅਦ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਸੀ ਕਿ ਅਸੀਂ ਇਹ ਕੋਈ ਟੈਕਨੋਲੋਜੀ ਇਹੋ ਜਿਹੀ ਲੈ ਕੇ ਆਈਏ ਕਿ ਅਗਰ ਕੋਈ ਇਹੋ ਜਿਹੀ ਮੁਸੀਬਤ ਸਾਡੇ ਤੇ ਆਉਂਦੀ ਹੈ ਤਾਂ ਉਹਦਾ ਸਾਹਮਣਾ ਕਰਨ ਲਈ ਸਾਡੇ ਕੋਲ ਕੀ ਹੋਣਾ ਚਾਹੀਦਾ ਆ। ਸੋ ਉਸ ਤੋਂ ਬਾਅਦ ਗੱਲ ਕਰਦੇ ਹਾਂ, ਸੁਪਰੀਮ ਕੋਰਟ ਦੇ ਆਰਡਰ ਨੇ ਕਿ ਇਹ ਬੋਰਵੈਲ ਜਿਹੜੇ ਨੇ ਇਹਦੇ ਚ ਅਗਰ ਕੋਈ ਇਹੋ ਜਿਹੀ ਕੋਈ ਗੱਲ ਹੁੰਦੀ ਹੈ, ਕੋਈ ਇਹੋ ਜਿਹੀ ਕੁਤਾਹੀ ਕੋਈ ਵਰਤਦਾ ਤਾਂ ਉਹਦੇ ਲਈ ਸਜ਼ਾ ਦੇ ਆਦੇਸ਼ ਨੇ ਜੀ। ਇਹ ਮੇਰੇ ਖਿਆਲ ਚ ਸੁਣਨ ਚ ਆਇਆ 1986 ਦਾ ਮੇਰੇ ਖਿਆਲ ਚ ਬੋਰਵੈਲ ਸੀ ਜੋ ਖੁੱਲਾ ਹੋਇਆ ਸੀ। ਹਾਂਜੀ ਬਿਲਕੁਲ, ਉਹ ਬੋਰੀ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ। ਤੁਸੀਂ ਸੋਚੋ ਵੀ ਉਹ ਬੋਰੀ ਨਾਲ, ਹੁਣ ਕਿਸੇ ਨੂੰ ਵੀ ਕੀ ਪਤਾ ਲੱਗੂਗਾ ਵੀ ਉਹਦੇ ਥੱਲੇ ਕੀ ਹੈਗਾ, ਜੇ ਉੱਪਰ ਬੋਰੀ ਰੱਖੀ ਹੋਊਗੀ ਤਾਂ ਉਹਦੇ ਕੋਈ ਬਕਾਇਦਾ ਢੱਕਣ ਹੋਣਾ ਚਾਹੀਦਾ, ਕੋਈ ਉਹਦੇ ਉੱਤੇ ਕਲੋਜ਼ ਕਰਨ ਲਈ ਉਹਨੂੰ ਕੁਛ ਤਰੀਕਾ ਹੁੰਦਾ ਆ ਬੰਦ ਕਰਨ ਲਈ, ਜੇ ਇੰਨਾ ਡੂੰਘਾ ਉਹ ਸੀਗਾ। 125 ਫੁੱਟ ਦੇ ਉੱਤੇ, 25 ਫੁੱਟ ਗਹਿਰਾ ਉਹ ਬੋਰਵੈਲ ਸੀਗਾ। ਸੋ ਬੜੀ ਇੱਕ, ਦੇਖੋ ਤੁਸੀਂ ਸੋਚ ਸਕਦੇ ਹੋ ਵੀ ਕਿਹੋ ਜਿਹੀ ਘਟਨਾ ਹੈਗੀ ਹੈ ਇਹ ਆਪਣੇ ਪੰਜਾਬ ਦੀ। ਤਾਂ ਗੱਲ ਉਹ ਵੀ ਹੈ ਵੀ ਚਾਈਨਾ, ਜਾਂ ਦੇਖੋ ਚਾਈਨਾ ਦੇ ਵਿੱਚ 270 ਫੁੱਟ ਦੇ ਵਿੱਚ ਬੱਚਾ ਡਿੱਗਿਆ ਸੀਗਾ, 2 ਘੰਟੇ ਦੇ ਵਿੱਚ ਉਹ ਬੱਚਾ ਬਾਹਰ ਆ ਗਿਆ ਸੀਗਾ। ਤਾਂ ਸਾਡੇ ਇੱਥੇ ਹਜੇ ਤੱਕ ਕੋਈ, ਅੱਜ 3 ਦਿਨ ਹੋ ਗਏ ਨੇ ਉਸ ਬੱਚੇ ਨੂੰ ਅੰਦਰ ਹੀ ਅੰਦਰ ਜੂਝ ਰਿਹਾ ਉਹ ਵਿਚਾਰਾ, ਪਰ ਕੋਈ ਹਜੇ ਤੱਕ ਕੋਈ ਉਹਦੀ ਉਹ ਆਈ ਨੀ, ਅਪਡੇਟ ਨੀ ਆਈ ਵੀ ਹਾਂ ਵੀ ਉਹਦਾ ਕੀ ਹੋ ਸਕਦਾ। ਜੀ ਸਿਮਰ ਜੀ, ਜਿੱਦਾਂ ਪੜ੍ਹੇ ਲਿਖੇ ਜਿਹੜੇ ਇੰਜੀਨੀਅਰ ਨੇ ਕਿ ਉਹ ਪਕੌੜੇ ਬਣਾਉਂਦੇ ਨੇ ਕਿ ਜਾਂ ਮੋਦੀ ਜੋ ਕਹਿੰਦਾ ਕਿ ਉਹੀ ਕਰਦੇ ਨੇ ਕਿ ਜਾਂ ਕੋਈ ਪੜ੍ਹੇ ਲਿਖੇ ਕੋਈ ਇੰਜੀਨੀਅਰ ਵੀ ਹੈਗਾ ਪੰਜਾਬ ਦੇ ਵਿੱਚ ਜਾਂ ਕੁਛ ਕੁਛ ਬਣਾਇਆ ਹੋਇਆ ਟ੍ਰੇਨਿੰਗ, ਕੁਛ ਪਹਿਲਾਂ ਪ੍ਰਿੰਸ ਨਾ ਹੋਇਆ ਫਿਰ ਕੋਈ ਅੱਜ ਇਹਦੇ ਨਾ ਹੋਇਆ, ਕੱਲ ਕੁਛ ਬੈਕਅਪ ਪਲਾਨ ਕੁਛ ਨੀ ਤਿਆਰ ਕੀਤਾ ਇੰਨੇ ਸਾਲਾਂ ਦੇ ਵਿੱਚ ਇਹਨਾਂ ਨੂੰ, ਮੇਰੇ 3-4 ਸਾਲ ਹੋ ਗਏ ਨੇ ਹੈਪਨ ਹੋਏ ਨੂੰ। ਨਹੀਂ ਇੰਜੀਨੀਅਰ ਜਿਹੜੇ ਹੈਗੇ ਨੇ ਉਹ ਤਾਂ ਵਿਚਾਰੇ ਹੱਥ ਤੇ ਹੱਥ ਧਰ ਕੇ ਆਪਣੀਆਂ ਡਿਗਰੀਆਂ ਹੱਥ ਚ ਫੜ ਕੇ ਬੈਠੇ ਹੋਏ ਨੇ, ਕਿਉਂਕਿ ਉਹਨਾਂ ਨੂੰ ਨੌਕਰੀਆਂ ਜਾਂ ਉਹਨਾਂ ਨੂੰ ਕੋਈ ਇਹੋ ਜਿਹੇ ਟਾਸਕ ਹੀ ਨਹੀਂ ਦਿੱਤੇ ਜਾਂਦੇ ਵੀ ਹਾਂ ਵੀ ਤੁਸੀਂ ਇਸ ਉਹਦੇ ਤੇ ਕੰਮ ਕੀਤਾ ਜਾਵੇ। ਜਦੋਂ ਪਤਾ ਹੈਗਾ ਵੀ ਇੱਕ, ਅਸੀਂ ਕੱਲ ਇੰਡੀਆ ਨਿਊਜ਼ ਦੇ ਉੱਤੇ ਸਾਡੀ ਇੱਕ ਡਿਬੇਟ ਸੀਗੀ ਜਿਹਦੇ ਵਿੱਚ ਦੱਸਿਆ ਗਿਆ ਕਿ 2010 ਦੇ ਵਿੱਚ 174 ਬੱਚੇ ਸੀਗੇ, ਉਸ ਤੋਂ ਬਾਅਦ ਫਿਰ ਇਹ ਸੰਖਿਆ ਵੱਧ ਕੇ ਜਿਹੜੀ ਹੋਈ 100 ਮੇਰੇ ਖਿਆਲ ਚ 85-86 ਦੇ ਲਗਭਗ ਕਰੀਬ ਹੋਈ, ਫਿਰ 194 ਹੁਣ 194 ਦੇ ਕਰੀਬ ਹੈਗੀ ਆ ਪੂਰੇ ਇੰਡੀਆ ਦੇ ਵਿੱਚ ਇਹ ਜਿਹੜੀਆਂ ਹੈਗੀਆਂ। ਇਟ ਮੀਨਸ ਕਿ ਇਹ ਕੋਈ ਮਾੜਾ ਮੋਟਾ ਮੁੱਦਾ ਨਹੀਂ ਹੈਗਾ, ਇਸ ਚੀਜ਼ ਦੇ ਉੱਤੇ ਇਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ। ਜਿਹੜਾ 3-3 ਹਜ਼ਾਰ ਕਰੋੜ ਰੁਪਇਆ ਮੂਰਤੀਆਂ ਤੇ ਲਾਉਂਦੇ ਨੇ ਇਹ ਬਣਾਉਣ ਦੇ ਵਿੱਚ, ਤਾਂ ਇਹ ਮਸ਼ੀਨਾਂ ਉਹ ਚੀਜ਼ਾਂ ਤੇ ਬਣਾਉਣ, ਪੈਸਾ ਜਿਹੜਾ ਲਾਉਣਾ ਹੈ ਉਹ ਮਸ਼ੀਨਾਂ ਬਣਾਉਣ ਦੇ ਉੱਤੇ ਲਾਉਣ, ਜਿਹੜਾ ਕਿ ਕੋਈ ਵੀ ਮੁਸੀਬਤ ਆਵੇ ਤਾਂ ਸਾਡਾ ਦੇਸ਼ ਉਸ ਚੀਜ਼ ਤੋਂ ਨਿਕਲ ਸਕੇ, ਉਸ ਚੀਜ਼ਾਂ ਤੋਂ ਬਚਿਆ ਜਾ ਸਕੇ। ਇਹ ਸਾਰੇ ਹੈਪਨ ਜੋ ਐਕਸੀਡੈਂਟ ਹੁੰਦੇ ਨੇ ਕੋਈ ਵੀ ਇੰਡੀਆ ਦੇ ਪੰਜਾਬ ਦੇ ਵਿੱਚ ਹੁੰਦਾ, ਇਹ ਸਾਰੇ ਸੰਗਰੂਰ ਜ਼ਿਲ੍ਹੇ ਦੇ ਕਿਉਂ ਰਿਲੇਟਿਡ ਹੁੰਦੇ, ਕਿ ਸੰਗਰੂਰ ਜ਼ਿਲ੍ਹੇ ਚ ਕਿਉਂ ਹੁੰਦੇ ਨੇ? ਸੰਗਰੂਰ ਜ਼ਿਲ੍ਹੇ ਦੀ ਹੁਣ ਮੰਦਭਾਗੀ ਆਪਾਂ ਕਹਿ ਸਕਦੇ ਹਾਂ ਵੀ ਉਸ ਏਰੀਏ ਦਾ ਇੱਕ ਜਿਹੜਾ ਕਹਿ ਲਓ ਕਿ ਮਾੜਾ ਟਾਈਮ ਕਹਿ ਸਕਦੇ ਹਾਂ ਚੱਲਦਾ, ਜਾਂ ਉਹ ਮਾੜਾ ਟਾਈਮ ਲਿਆਂਦਾ ਜਾ ਰਿਹਾ ਆ, ਇਹੀ ਆਪਾਂ ਕਹਿ ਸਕਦੇ ਹਾਂ। ਹੋਰ ਤਾਂ ਆਪਾਂ ਕੋਈ ਖਾਸ ਇਹਦੇ ਤੇ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਜਿਹੜੀਆਂ ਜ਼ਿਆਦਾਤਰ ਘਟਨਾਵਾਂ ਨੇ ਉਹ ਉੱਧਰ ਹੀ ਹੋ ਰਹੀਆਂ ਨੇ, ਇਸ ਕਰਕੇ ਇਸ ਚੀਜ਼ ਦੇ ਉੱਤੇ ਆਪਾਂ ਜ਼ਿਆਦਾ ਕੁਛ ਕਹਿ ਨਹੀਂ ਸਕਦੇ ਵੀ ਹਾਂ ਵੀ ਉੱਧਰ ਹੀ ਕਿਉਂ ਹੋ ਰਿਹਾ ਆ। ਜੀ ਇਹ ਕਿ ਜਿਹੜੀ ਸੋਚਣ ਵਾਲੀ ਗੱਲ ਕਿ ਸਾਰੇ ਕੋਈ ਹੈਪਨ ਕੋਈ ਐਕਸੀਡੈਂਟ ਕੁਛ ਵੀ ਹੁੰਦਾ, ਜਿੱਦਾਂ ਕਿ ਨੌਜਵਾਨ ਮੁੰਡਾ ਪੁਲਿਸ ਕੋਲ ਚੁੱਕਿਆ ਜਾਂਦਾ ਸੀ ਉਹ ਵੀ ਸੰਗਰੂਰ ਜ਼ਿਲ੍ਹੇ ਦਾ, ਹੁਣ ਇਹ ਹੈਪਨ ਹੋਇਆ, ਇਹ ਵੀ ਕੁਛ ਹੋਰ ਵੀ ਕੇਸ ਸਾਹਮਣੇ ਆਏ ਸੀ ਜੋ ਰੇਪ ਦੇ, ਉਹ ਵੀ ਉੱਧਰ ਹੀ ਹੋਏ ਸੀ,
ਕਿਉਂਕਿ ਸੰਗਰੂਰ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਕਿਸ ਤਰ੍ਹਾਂ ਹੋ ਰਿਹਾ? ਬਿਲਕੁਲ ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਵੀ ਜਸਪਾਲ ਕਾਂਡ ਜਿਹੜਾ ਹੋਇਆ ਸੀ ਉਹਦੇ ਵਿੱਚ ਦੇਖ ਲਓ 20-21 ਦਿਨ ਲਗਾਤਾਰ ਧਰਨੇ ਤੋਂ ਬਾਅਦ ਹਾਰ ਕੇ ਐਂਡ ਤੇ ਫੈਸਲਾ ਉਹੀ ਹੋਇਆ ਵੀ 5 ਲੱਖ ਦੇ ਵਿੱਚ ਸਰਕਾਰ ਨੇ ਗੱਲ ਮੁਕਾ ਦਿੱਤੀ ਤੇ ਉਸ ਤੋਂ ਬਾਅਦ ਇੱਕ ਨੌਕਰੀ ਦੇ ਦਿੱਤੀ ਤਾਂ ਪਰਿਵਾਰ ਵੀ ਉਸ ਚੀਜ਼ ਤੋਂ ਸੰਤੁਸ਼ਟ ਹੋ ਗਿਆ ਵੀ ਹਾਂ ਵੀ ਠੀਕ ਹੈ ਜੀ ਸਾਨੂੰ 5 ਲੱਖ ਰੁਪਇਆ ਮਿਲ ਗਿਆ। ਜਾਂ ਕੀ ਕਰਨ, ਉਹ ਵੀ ਕੀ ਕਰਨ ਕਿਉਂਕਿ ਜਿਹਨਾਂ ਕੋਲ ਤੁਸੀਂ ਇੱਕ ਉਮੀਦ ਰੱਖਦੇ ਹੋ ਪ੍ਰਸ਼ਾਸਨ ਤੋਂ, ਪੁਲਿਸ ਪ੍ਰਸ਼ਾਸਨ ਤੋਂ, ਤੁਸੀਂ ਉਹਨਾਂ ਦੇ ਉੱਤੇ ਹੀ ਕੋਈ ਮਤਲਬ ਕੋਈ ਕਾਰਵਾਈ ਨਹੀਂ ਕਰ ਸਕੇ। ਸਾਡਾ ਪ੍ਰਸ਼ਾਸਨ ਉਹਦੇ ਉੱਤੇ ਹੀ ਕੋਈ ਕਾਰਵਾਈ ਨਹੀਂ ਕਰ ਸਕਿਆ ਵੀ ਉਹਨਾਂ ਚੋਂ ਇਹੀ ਨਹੀਂ ਕੱਢ ਪਾਇਆ ਕਿ ਉਹ ਲਾਸ਼ ਕਿੱਥੇ ਗਈ। ਉਹ ਸਵਾਲ ਹਜੇ ਵੀ ਉਦਾਂ ਹੀ ਖੜੇ ਨੇ। ਠੀਕ ਆ ਪਰਿਵਾਰ ਅੱਜ ਬੈਠ ਗਿਆ ਕਿਉਂਕਿ ਉਹੀ ਗੱਲ ਆ ਵੀ ਕਿੰਨੀ ਕੁ ਦੇਰ ਅਗਲੇ ਧਰਨਿਆਂ ਤੇ ਬੈਠੇ ਰਹਿਣਗੇ ਜਾਂ ਕਿੰਨੀ ਕੁ ਦੇਰ ਇਹਨਾਂ ਚੀਜ਼ਾਂ ਨਾਲ ਲੜਦੇ ਰਹਿਣਗੇ, ਪਰ ਗੱਲ ਤਾਂ ਉੱਥੇ ਹੀ ਖੜੀ ਹੈ ਨਾ ਕਿ ਲਾਸ਼ ਗਈ ਤੇ ਗਈ ਕਿੱਥੇ? ਪੁਲਿਸ ਪ੍ਰਸ਼ਾਸਨ ਦੇ ਵਿੱਚੋਂ, ਪੁਲਿਸ ਕਸਟਡੀ ਦੇ ਵਿੱਚੋਂ। ਬਿਲਕੁਲ, ਇੱਕ ਮੀਡੀਆ ਦੇ ਵਿੱਚ ਇਹ ਵੀ ਆ ਰਿਹਾ ਕਿ ਉਹ ਕਹਿੰਦੇ ਕਿ ਮੈਂ ਜਿਹੜਾ ਬੰਦਾ ਜਿਹਨੇ ਨੇ ਸ਼ਿਕਾਇਤ ਕੀਤੀ ਸੀ ਉਹ ਕਹਿੰਦਾ ਕਿ ਉਹ ਮਰ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਫੋਨ ਕਾਲ ਵੀ ਆਇਆ, ਮੈਸੇਜ ਆਇਆ ਕੁਛ ਉਹਨਾਂ ਨੂੰ ਉਹਨਾਂ ਦੀ ਵਾਈਫ ਨੂੰ ਉਹੀ ਫੋਨ ਦੇ ਉੱਤੋਂ, ਕਿਉਂਕਿ ਉਹ ਕਹਿੰਦਾ ਕਿ ਹੋ ਸਕਦਾ ਕਿ ਬਾਹਰ ਜਾਣ ਦੀ ਇੱਛਾ ਸੀ, ਉਹ ਹੋ ਸਕਦਾ ਕਿ ਬਾਹਰ ਵੀ ਚਲਾ ਗਿਆ ਹੋਵੇ, ਕੁਛ ਗੇਮ ਹੋ ਰਹੀ ਹੋਵੇ। ਬਿਲਕੁਲ, ਇਹ ਉਹੀ ਹੈ ਨਾ ਵੀ ਇਹ ਗੁੰਝਲਦਾਰ ਇੱਕ ਜਿਹੜੀ ਇੱਕ ਕਹਾਣੀ ਹੈ ਇਹਨੂੰ ਕਿਹਾ ਜਾ ਸਕਦਾ। ਇਹ ਹਜੇ ਇਹਦੇ ਵਿੱਚ ਬਹੁਤ ਵੱਡਾ ਇੱਕ ਸੱਚ ਜਿਹੜਾ ਹੈਗਾ ਆ ਉਹ ਬਾਹਰ ਆਏਗਾ, ਵਕਤ ਜ਼ਰੂਰ ਲੱਗ ਸਕਦਾ, ਲੇਕਿਨ ਇਹ ਕਹਾਣੀ ਜਿਹੜੀ ਹੈ ਇਹ ਹਜੇ ਖਤਮ ਨਹੀਂ ਹੋਈ। ਇਹਦਾ ਜੋ ਵੀ ਰਹੱਸਮਈ ਇਹਦੇ ਵਿੱਚ ਗੱਲਾਂ ਨੇ ਜਾਂ ਕਿੱਥੇ ਗਈ ਲਾਸ਼ ਜਿਹੜੀ ਹੈਗੀ ਆ, ਜਸਪਾਲ ਮਰਿਆ ਵੀ ਹੈ ਕਿ ਨਹੀਂ ਮਰਿਆ ਜੀ, ਹਜੇ ਸੱਚ ਸਾਹਮਣੇ ਆਉਣਾ ਬਾਕੀ ਹੈ। ਇਹਦੇ ਲਈ ਵਕਤ ਅਗਰ ਟਾਈਮ ਲੱਗੇਗਾ ਉਹ ਸੱਚ ਜ਼ਰੂਰ ਸਾਹਮਣੇ ਆਏਗਾ। ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ ਮੈਡਮ ਸਿਮਰ ਜੀ, ਔਰ ਤੁਸੀਂ ਸਾਨੂੰ ਅਪਡੇਟ ਦਿੱਤੀ ਚੰਡੀਗੜ੍ਹ ਤੋਂ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।